ਕਰੋਸ਼ੀਆ ਦੇ ਨਾਂ ਤੇ ਜੀ ਬਹੁਤ ਵੱਡਾ ਸਕੈਮ ਚੱਲ ਰਿਹਾ ਪੰਜਾਬ ਦੇ ਵਿੱਚ ਏਜੰਟ ਜਿਹੜੇ ਆ ਜੀ ਥੱਬੇ ਭਰ ਭਰ ਕੇ ਲੋਕਾਂ ਤੋਂ ਵੀਜ਼ਿਆਂ ਦੇ ਪੈਸੇ ਲੈ ਰਹੇ ਆ ਤੇ ਪੈਸੇ ਲੈ ਵੀ ਰਹੇ ਆ ਤੇ ਵੀਜ਼ੇ ਵੀ ਨਹੀਂ ਲਵਾ ਕੇ ਦੇ ਰਹੇ ਬਹੁਤ ਸਾਰੇ ਲੋਕਾਂ ਦਾ ਮੇਰੇ ਨਾਲ ਕੰਟੈਕਟ ਹੋਇਆ ਜਿਹੜੇ ਕਹਿੰਦੇ ਕਿ ਅਸੀਂ 13 ਲੱਖ 14 ਲੱਖ 15 ਲੱਖ ਰੁਪਏ ਤੱਕ ਵੀ ਕਰੋਸ਼ੀਆ ਦੀ ਗੱਲ ਕਰੀ ਆ ਤੇ ਸਾਡੇ ਵੀਜ਼ੇ ਵੀ ਨਹੀਂ ਲੱਗ ਰਹੇ ਤੇ ਐਡਵਾਂਸ ਅਸੀਂ 2-2 3-3 ਲੱਖ ਰੁਪਈਆ ਦੇ ਚੁੱਕੇ ਆ ਅੱਜ ਦੀ ਵੀਡੀਓ ਤੇ ਜੇ ਆਪਾਂ ਇਹੋ ਜਿਹੀਆਂ ਗੱਲਾਂ ਕਰਾਂਗੇ ਸ਼ੁਰੂਤ ਲੈ ਕੇ ਅੰਤ ਤੱਕ ਤੁਸੀਂ ਵੇਖ ਲਿਓ ਜਿੰਦ ਤੱਕ ਤੁਸੀਂ ਵੀਡੀਓ ਵੇਖੋਗੇ ਬ ਜੇ ਤੁਸੀਂ ਕਰੋਸ਼ੀਆ ਨਹੀਂ ਵੀ ਜਾਣਾ ਚਾਹੁੰਦੇ ਤਾਂ ਵੀ ਤੁਹਾਨੂੰ ਕਾਫੀ ਸਾਰੀ ਇਨਫੋਰਮੇਸ਼ਨ ਜਿਹੜੀ ਆ ਕਰੋਸ਼ੀਆ ਰਿਲੇਟਡ ਮਿਲ ਜੂਗੀ ਕਰੋਸ਼ੀਆ ਰਿਲੇਟਡ ਯਾਰ ਕਾਫੀ ਸਾਰੀਆਂ ਵੀਡੀਓਜ਼ ਤੁਹਾਡੇ ਅੱਗੇ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਮੈਂ ਬਹੁਤ ਘੱਟ ਵੀਡੀਓ ਪਾਉਣਾ ਵਾ ਇਸੇ ਕਰਕੇ ਘੱਟ ਪਾਉਣਾ ਕਿਉਂਕਿ ਅੱਜ ਕੱਲ ਬਹੁਤ ਲੋਕਾਂ ਦਾ ਜਿਹੜਾ ਬਿਜ਼ਨਸ ਆ ਨਾ ਉਹ YouTube ਬਣ ਗਿਆ ਬਹੁਤ ਸਾਰੇ ਲੋਕ ਜਿਹੜੇ ਵੀਡੀਓ ਪਾ ਦਿੰਦੇ ਆ ਮੈਨੂੰ ਲੱਗਦਾ ਵਾ ਸ਼ਾਇਦ ਕਾਫੀ ਸਾਰੀ ਇਨਫੋਰਮੇਸ਼ਨ ਉਹ ਦੇ ਵੀ ਦਿੰਦੇ ਆ ਵਧੀਆ ਲੋਕ ਵੀ ਹੈਗੇ ਆ ਮਾੜੇ ਲੋਕ ਵੀ ਹੈਗੇ ਆ ਬੱਟ ਮੈਨੂੰ ਹੁਣ ਇੰਜ ਲੱਗ ਰਿਹਾ ਵਾ ਕਿ ਸ਼ਾਇਦ ਆਪਣਾ ਕੰਮ ਹੁੰਦਾ ਸੱਚਾਈ ਦੱਸਣਾ ਦੇਖੋ ਆਪਾਂ ਨਾ ਤਾਂ ਕੋਈ ਏਜੰਟ ਹੈਗੇ ਆ ਅੱਜ ਦੀ ਘੜੀ ਜਿਹੜੀ ਆ ਉਹ ਆਪਾਂ ਤੁਹਾਡੇ ਸਾਹਮਣੇ ਆ ਜਿੱਦਾਂ ਦੇ ਵੀ ਹੈਗੇ ਆ ਚਿੱਟੇ ਆ ਠੀਕ ਆ ਕੋਰੇ ਨੰਗੇ ਤੁਹਾਡੇ ਸਾਹਮਣੇ ਖੜੇ ਆ ਪਰ ਹਾਂ ਜੇ ਕੋਈ ਬੰਦਾ ਕਹਦੇ ਵੀ ਅਸੀਂ ਕਿਸੇ ਤੋਂ ਪੈਸੇ ਲਏ ਆ ਮੈਂ ਕਿਸੇ ਤੋਂ ਪੈਸੇ ਲਏ ਆ ਕਿਸੇ ਦਾ ਕੰਮ ਨਹੀਂ ਕਰਾਇਆ ਪੈਸੇ ਲੈ ਕੇ ਪੈਸੇ ਖਾ ਗਏ ਜਾਂ ਕੁਝ ਵੀ ਆ ਉਹ ਬੰਦਾ ਆਪਣੇ ਸਾਹਮਣੇ ਆਣ ਕੇ ਗੱਲ ਕਰ ਲੇ ਆਪਾਂ YouTube ਹੀ ਛੱਡ ਦਾਂਗੇ ਸੋ ਸਾਥਰੀਆ ਕਾਲ ਜੀ ਰਾਮ ਰਾਮ ਜੀ ਤੇ ਅਸਲਾਮ ਵਾਲੇਕੁਮ ਜੀ ਮੇਰਾ ਨਾਮ ਹੈਗਾ ਜੀ ਹੈਰੀ ਤੇ ਤੁਸੀਂ ਦੇਖ ਰਹੇ ਹੋ 5047 YouTube ਚੈਨਲ ਤੇ Facebook ਪੇਜ ਅੱਜ ਆਪਾਂ ਗੱਲ ਕਰਾਂਗੇ ਕਰੋਸ਼ੀਅਲ ਰਿਲੇਟਡ ਕਾਫੀ ਸਾਰੀਆਂ ਜਿਹੜੀਆਂ ਗੱਲਾਂ ਤੁਹਾਡੀਆਂ ਇਨਕੁਆਰੀਜ਼ ਆ ਹੈਗੀਆਂ ਜਿਹੜੀਆਂ ਸਾਰੀਆਂ ਕਲੀਅਰ ਕਰ ਦੇਣੀ ਆ ਅੱਜ ਦੀ ਵੀਡੀਓ ਦੇ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੁਸੀਂ ਵੇਖ ਲਿਓ ਚੈਨਲ ਤੇ ਨਵੇਂ ਆ ਚੈਨਲ ਸਬਸਕ੍ਰਾਈਬ ਕਰ ਲਓ ਘੈਂਟ ਘੈਂਟ ਵੀਡੀਓ ਤੁਹਾਡੇ ਆਨਲਾਈਨ ਟਾਈਮ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਪਹਿਲਾਂ ਵੀ ਆਫੇ ਆਪਾਂ ਕਾਫੀ ਵਧੀਆ ਵਧੀਆ ਵੀਡੀਓ ਪਾ ਚੁੱਕੇ ਆ ਸੋ ਗੱਲ ਕਰ ਰਿਹਾ ਸੀ ਮੈਂ ਸਕੈਮ ਦੀ ਸਕੈਮ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਪੰਜਾਬ ਦੇ ਵਿੱਚ ਸਕੈਮ ਕਿਦਾਂ ਚੱਲ ਰਿਹਾ ਵਾ ਕੋਈ ਏਜੰਟ ਆ ਕਾਫੀ ਕਾਫੀ ਏਜੰਟਾ ਹੁਣ ਤ ਕਾਫੀ ਸਾਰੇ ਜਿਹੜੇ ਏਜੰਟ ਹਨਾ ਜ਼ਿਆਦਾਤਰ ਗੱਲ ਇਹ ਆ ਵੀ ਕੈਨੇਡਾ ਜਾਂ ਆਸਟ੍ਰੇਲੀਆ ਰਿਲੇਟਡ ਜਾਂ ਯੂਐਸਏ ਰਿਲੇਟਡ ਕਾਫੀ ਜਿਹੜੇ ਏਜੰਟ ਹੈਗੇ ਪੰਜਾਬ ਦੇ ਵਿੱਚ ਪਰਟ ਯੂਰਪ ਰਿਲੇਟਡ ਤੁਹਾਨੂੰ ਏਜੰਟ ਵਧੀਆ ਏਜੰਟ ਨਾਲ ਬਹੁਤ ਘੱਟ ਮਿਲਣਗੇ ਜੇ ਮਿਲਣਗੇ ਤਾਂ ਠਾਗੀ ਮਿਲਣਗੇ ਸੋ ਮੇਰੇ ਨਾਲ ਕਾਫੀ ਲੋਕਾਂ ਦੀ ਜਿਹੜੀ ਇੰਸਟਾਗ੍ਰam ਤੇ ਗੱਲ ਹੋਈ ਆ ਉਹਨਾਂ ਦਾ ਕਹਿਣਾ ਵਾ ਕਿ ਸਾਡੇ ਤੋਂ ਹੀ 14 ਲੱਖ ਰੁਪਈਆ ਲੈ ਲਿਆ ਐਡਵਾਂਸ ਦੇ ਤੌਰ ਤੇ ਸਭ ਤੋਂ ਪਹਿਲਾਂ ਜਦ ਅਸੀਂ ਉਹਨਾਂ ਕੋਲ ਗਏ ਸਾਨੂੰ ਕਹਿੰਦੇ ਵੀ ਤੁਹਾਡਾ ਇੰਨੇ ਪੈਸੇ ਲੱਗਣਗੇ ਚਲੋ ਕੋਈ ਬੰਦਾ ਦੇ ਸਕਦਾ ਕੋਈ ਨਹੀਂ ਦੇ ਸਕਦਾ ਜਿਹੜ ਆਫਰ ਲੈਟਰ ਆਉਣ ਦੇ 75 ਲੱਖ ਰੁਪਏ ਅਸੀਂ ਫੇਰ ਲਵਾਂਗੇ 7500000 ਰੁਪਏ ਫੇਰ ਲਵਾਂਗੇ 2 ਲੱਖ ਹੋ ਗਿਆ ਹੁਣ ਉਸ ਤੋਂ ਬਾਅਦ ਜਦੋਂ ਆਫਰ ਲੈਟਰ ਆ ਜਾਂਦੀ ਆਫਰ ਲੈਟਰ ਆਉਣ ਤੋਂ ਬਾਅਦ ਕੰਟਰੈਕਟ ਵਗੈਰਾ ਆਉਂਦਾ ਵਾ ਕਾਫੀ ਟਾਈਮ ਲੱਗ ਜਾਂਦਾ ਚਲੋ ਹਨਾ ਕੰਟਰੈਕਟ ਵਗੈਰਾ ਆਉਣ ਤੇ ਪਹਿਲਾਂ ਕੰਡੀਸ਼ਨਲ ਆਫਰ ਲੈਟਰ ਜੋਬ ਲੈਟਰ ਕਹਿ ਸਕਦੇ ਆਪਾਂ ਨੂੰ ਹਨਾ ਜਿਹੜੀ ਜੋਬ ਲੈਟਰ ਆਉਂਦੀ ਆ ਤੇ ਉਹਦੇ ਥਰੂ ਜਦੋਂ ਹੁਣ ਅੰਬੈਸੀ ਚ ਫਾਈਲ ਲੱਗਣ ਤੋਂ ਪਹਿਲਾਂ ਪਹਿਲੇ ਇਹਨਾਂ ਨੇ ਜੋ 2-3 ਲੱਖ ਰੁਪਏ ਲੈ ਲਿਆ ਹੁਣ ਗੱਲ ਇਹ ਹੁੰਦੀ ਆ ਕਿ ਕਾਫੀ ਸਾਰੇ ਏਜੰਟ ਜਿਹੜੇ ਨਾ ਫਾਈਲ ਲੈ ਕੇ ਰੱਖ ਲੈਂ ਸਾਚੋ ਦੱਸ ਦੇਣੀ ਹੈ ਕਿ ਜਿਹੜੀ ਚੀਜ਼ ਸੱਚਾਈ ਆ ਉਹ ਦੱਸ ਦੇਣੀ ਲੋਕਾਂ ਤੋਂ ਓਲਾ ਰੱਖਦੇ ਆ ਜਦੋਂ ਤੁਸੀਂ ਫੈਲ ਦੇ ਦਿੰਦੇ ਆ ਤੁਸੀਂ ਇਹ ਚੀਜ਼ ਕਰਨ ਲੱਪੇ ਨੇ ਵੀ ਯਾਰ ਮੇਰੇ ਹੁਣ 4-5 ਮਹੀਨੇ ਤੱਕ ਜਾਂ 6 ਮਹੀਨੇ ਤੱਕ ਜਿਹੜਾ ਵੀਜ਼ਾ ਲੱਗਣਾ ਬਟ ਸੱਚਾਈ ਇਹ ਹੁੰਦੀ ਆ ਵੀ ਉਹ ਜਦੋਂ ਉਹਨਾਂ ਨੂੰ ਵੈਕੈਂਸੀਆਂ ਆਉਂਦੀਆਂ ਵਾ ਦੇਖੋ ਮੈਂ ਕਾਫੀ ਇਸ ਚੀਜ਼ ਦੇ ਵਿੱਚ ਰਿਲੇਟਿਡ ਦੇ ਵਿੱਚ ਰਿਹਾ ਵਾ ਮੇਰੇ ਯਾਰ ਦੋਸਤ ਕਾਫੀ ਕੰਮ ਕਰਦ ਰਿਹਾ ਮੈਨੂੰ ਪਤਾ ਸਾਰਾ ਇਹ ਜੇ ਮੈਂ ਅੱਜ ਏਜੰਟੀ ਕਰਨ ਲੱਪਣਾ ਵਧੀਆ ਵਧੀਆ ਪੈਸੇ ਕਮਾ ਸਕਦਾ ਵਾ ਤੇ ਵਧੀਆ ਲੋਕਾਂ ਦਾ ਭਲਾ ਵੀ ਕਰ ਸਕਦਾ ਬਟ ਰੋਲਾ ਇਹ ਆ ਕਿ ਆਪਾਂ ਬਾਹਰ ਵੀ ਕੰਮ ਕਰਦੇ ਵੀ ਚਲੋ ਕਰ ਲਾਂਗੇ ਆਨਲਾਈਨ ਟਾਈਮ 'ਚ ਕਰ ਲਾਂਗੇ ਪਰ ਹਾਲ ਦੀ ਗੱਡੀ ਜਿਹੜੀ ਆ ਲੋਕਾਂ ਨੂੰ ਜਿਹੜੀ ਸੱਚਾਈ ਦੱਸੀ ਜਾਵੇ ਜਿਹੜੀ ਕਿ ਆਪਾਂ YouTube ਤੇ Facebook ਥਰੂ ਦੱਸ ਸਕਦੇ ਆ ਹੁਣ ਹੁੰਦੀ ਆ ਵੀ ਵੈਕੈਂਸੀ ਨਿਕਲਦੀ ਆ ਜਦੋਂ ਵੈਕੈਂਸੀਆਂ ਨਿਕਲਦੀਆਂ ਆ ਤੇ ਕੰਪਨੀਆਂ ਜਿਹੜੀਆਂ ਉਹ ਸਟਾਕ ਦੇ ਵਿੱਚ ਬੰਦੇ ਮੰਗਦੀਆਂ ਉਹ ਕੋਈ 1-2 ਬੰਦੇ ਨਹੀਂ ਮੰਗਦੀਆਂ ਉਹ 10-10 15-15 ਬੰਦੇ ਮੰਗਦੀਆਂ ਕਈ ਕੰਪਨੀਆਂ ਦਾ ਇਹੋ ਜਿਹੀਆਂ ਜਿਹੜੀਆਂ 50-50 ਬੰਦੇ ਵੀ ਮੰਗਦੀਆਂ ਹੁਣ ਬਹੁਤ ਸਾਰੇ ਲੋਕਾਂ ਨੇ ਨਾ ਏਜੰਟਾਂ ਨੇ ਇਹ ਚੀਜ਼ ਕਰੀ ਹੁੰਦੀ ਆ ਏਜੰਟ ਵੀ ਕਿਹੜਾ ਹੋਣਾ ਯਾਰ ਸਿੱਧੀ ਡਾਇਰੈਕਟ ਫਾਈਲ ਫੜਦਾ ਹੁਣ ਕ ਬੰਬੇ ਵਾਲੇ ਦੀ ਕਿਤੇ ਜਾ ਕੇ ਕ੍ਰੋਸ਼ੀਅਲ ਇਹਨਾਂ ਗੱਲ ਹੋਣੀ ਆ ਹੁਣ ਗੱਲ ਇਹ ਆ ਵੀ ਬੰਬੇ ਵਾਲੇ ਕੋਲ ਤੇ ਮੋਗੇ ਵਾਲੇ ਦੇ ਵਿੱਚ ਫਰਕ ਕਿੰਨਾ ਵਾ ਤੇ ਰੇਟ ਦਾ ਹੀ ਤੁਸੀਂ ਆਪਸਾ ਲੈ ਲਓ ਕਿੰਨਾ ਫਰਕ ਪੈ ਜਾਣਾ ਵਾ ਸੋ ਇਹੀ ਕਾਰਨ ਬਣਦਾ ਵਾ ਕਿ ਜਿਹੜੇ ਲੋਕਾਂ ਦੇ ਨਾਲ ਠੱਗੀ ਠੋਰੀ ਹੋ ਰਹੀ ਆ ਸਕੈਮ ਵੱਡੇ ਲੈਵਲ ਤੇ ਚੱਲ ਰਿਹਾ ਤੇਰਾ ਤੇਰਾ 14 14 ਲੱਖ ਰੁਪਏ ਲੈ ਰਿਆ ਸੋ ਰੀਅਲ ਪੈਸੇ ਕਿੰਨੇ ਲੱਗਦੇ ਇਸ ਬਾਰੇ ਵੀ ਮੈਂ ਜ਼ਿਕਰ ਗੱਲ ਕਰਾਂ ਦੇਖੋ ਭਾਈ 5 ਤੋਂ ਲੈ ਕੇ 7 ਲੱਖ ਰੁਪਏ ਜਿਹੜਾ ਨਾ ਉਹ ਕ੍ਰੋਸ਼ੀਅਲ ਦਾ ਚੱਲਦਾ ਪਿਆ ਵਾ ਜਿਹੜਾ ਸਹੀ ਜੈਨੂਇਨ ਰੇਟ ਆ ਪਰ ਇਸ ਤੋਂ ਘੱਟ ਵੀ ਲੱਗਦੇ ਆ ਪਰ ਜ ਇਹ 7 ਲੱਖ ਰੁਪਏ ਲੱਗਿਆ ਹੁੰਦਾ ਤਾਂ ਏ ਟੂ ਜ਼ेड ਜਿਹੜਾ ਤੁਹਾਡਾ ਖਰਚਾ ਤੁਸੀਂ 8 ਲੱਖ ਮੰਨ ਚਲੋ ਵੀ ਤੁਹਾਡੀ ਟਿਕ ਟਕ ਪਾ ਕੇ ਸ਼ਾਪਿੰਗ ਸ਼ੂਪਿੰਗ ਕਰਕੇ ਤੁਸੀਂ 8 ਲੱਖ ਦੇ ਵਿੱਚ ਕਰੋਸ਼ੀਆ ਜਾ ਸਕਦੇ ਆ ਪਰ ਰੌਲਾ ਇਹ ਪਿਆ ਹੋਇਆ ਵੀ ਇੰਨੇ ਪੈਸੇ ਲੈ ਕੇ ਬਾਈ ਤੁਸੀਂ ਪੂਰੇ ਕਿੱਦਾਂ ਕਰੋਗੇ ਸਭ ਤੋਂ ਵੱਡੀ ਮੇਨ ਚੀਜ਼ ਆ ਜਿਹੜਾ ਬੰਦਾ ਹੋਇਆ ਯਾਰ ਹੁਣ ਮਾੜਾ ਬੰਦਾ ਦੇਊਗਾ ਉਹ ਪੈਸੇ ਪੂਰੇ ਕਿੱਦਾਂ ਕਰੂਗਾ ਹੁਣ ਕਰੋਸ਼ੀਆ ਦੇ ਵਿੱਚ ਇੰਨੇ ਵੀ ਪੈਸੇ ਨਹੀਂ ਮੰਗਦੇ ਵੀ ਜੇ ਤੁਸੀਂ ਕਹੋ ਕਿ ਯਾਰ ਤ੍ਰਕਤਾ ਦੇ ਹਿਸਾਬ ਨਾਲ ਪੈਸੇ ਲੁੰਦੇ ਆ 50000 ਰੁਪਈਆ ਤੁਸੀਂ ਮੰਨ ਕੇ ਚੱਲੋ 40 ਤੋਂ ਲੈ ਕੇ 50000 ਰੁਪਈਆ ਬੰਦਾ ਬਚਾਉਂਦਾ ਕਰੋਸ਼ੀਆ ਦੇ ਵਿੱਚ ਹੁਣ ਬੰਦੇ ਹੀ ਬਹੁਤ ਆ ਗਏ ਆ ਕਰੋਸ਼ੀਆ ਦੇ ਵਿੱਚ ਤੇ ਗੱਲ ਇਹ ਆ ਵੀ ਜਦ ਜਿੱਥੇ ਬੰਦੇ ਜ਼ਿਆਦਾ ਵੱਧ ਜਾਂਦੇ ਆ ਉੱਥੇ ਕੰਮ ਦੇ ਵੀ ਜਿਹੜੇ ਹਾਲਾਤ ਆ ਉਦਾਂ ਦੇ ਠੀਕ ਠਾਕ ਹੋ ਜਾਂਦੇ ਆ ਸੋ ਇਹੀ ਚੀਜ਼ਾਂ ਬਣਦੀਆਂ ਜਿਹੜੀਆਂ ਸਕੈਮ ਬਣਦਾ ਵਾ ਹੁਣ ਇਸ ਤੋਂ ਅੱਗੇ ਗੱਲ ਕਰੀ ਜਾਵੇ ਪ੍ਰੋਸੈਸਿੰਗ ਟਾਈਮ ਕਿੰਨਾ ਦਾ ਪ੍ਰੋਸੈਸਿੰਗ ਟਾਈਮ ਜਿਹੜਾ ਉਹ ਮੈਂ ਤੁਹਾਨੂੰ ਦੱਸ ਗਿਆ ੜਿਆ ਕਿ ਘੱਟੋ ਘੱਟ 6-7 ਮਹੀਨੇ ਲੱਗਦੇ ਆ ਪਰ ਤੁਸੀਂ 4 ਕਿ ਮਹੀਨੇ ਮੰਨ ਕੇ ਚ ਇਹ ਤਾਂ ਅਪਰਸੈਸ ਨਹੀਂ ਸ਼ੁਰੂ ਹੋਇਆ ਭਾਈ ਭਾ ਤੁਹਾਡੇ ਸਾਲ ਲੱਗ ਸਕਦੇ ਆ ਤੁਹਾਨੂੰ ਐਮਬੈਸੀ ਜਿਹਾ ਅਪਾਇੰਟਮੈਂਟ ਨਹੀਂ ਮਿਲਦੀ ਉਹ ਅਪਾਇੰਟਮੈਂਟ ਐਸੇ ਕਰਕੇ ਨਹੀਂ ਮਿਲਦੀਆਂ ਕਿਉਂਕਿ ਜਦੋਂ ਇੱਕੋ ਦਾਮ ਸਟੱਕ ਦੇ ਵਿੱਚ ਜਦੋਂ ਹੁੰਦੇ ਨਾ ਜਦੋਂ ਸਟੱਕ ਹੁੰਦੀ ਆ ਐਮਬੈਸੀ ਵੀ ਇੱਕੋ ਦਾ ਫਾਇਲਾ ਆ ਜਾਂਦੀਆਂ ਉਦੋਂ ਹੀ ਐਮਬੈਸੀ ਦੇ ਵਿੱਚ ਜਿਹੜਾ ਰੋਲਾ ਪੈਂਦਾ ਇਸ ਤੋਂ ਇਲਾਵਾ ਐਮਬੈਸੀ ਜਿਹੜਾ ਟਾਈਮ ਵੀ ਲੈ ਲੈਂਦੀ ਆ ਐਸੇ ਕਰਕੇ ਟਾਈਮ ਲੈ ਲੈਂਦੀ ਆ ਕਿਉਂਕਿ ਜਦੋਂ ਉਹਨਾਂ ਕੋਲ ਬਲਕ ਦੇ ਵਿੱਚ ਜਦੋਂ ਆਉਂਦੇ ਆ ਨਾ ਕੇਸਿਸ ਤਾਂ ਉਹਨਾਂ ਨੂੰ ਸਟੱਡੀ ਕਰਨਾ ਉਹਨਾਂ ਨੂੰ ਸਾਰਿਆਂ ਦਾ ਇੱਕ ਇੱਕ ਦਾ ਵੀਜ਼ਾ ਦੇਣਾ ਕਿਸੇ ਨੂੰ ਸਹੀ ਨਹੀਂ ਜਾਂ ਗਲਤ ਨੂੰ ਵੀਜ਼ਾ ਨਾ ਦਿੱਤਾ ਉਹ ਚੀਜ਼ਾਂ ਕਾਫੀ ਜ਼ਰੂਰੀਆਂ ਜਿਹੜੀਆਂ ਚੀਜ਼ਾਂ ਵੇਖਣੀਆਂ ਪੈਣਦੀਆਂ ਬੈਸੀ ਨੂੰ ਤੇ ਇਸੇ ਕਰਕੇ ਜਿਹੜਾ ਰਸ ਰੰਦਾ ਬਹੁਤ ਸਾਰੇ ਲੋਕਾਂ ਦੇ ਲਾਉਣ ਸਵਾਲ ਵੀ ਆਉਣਗੇ ਬਾਈ ਸਾਡਾ ਇੰਨਾ ਚਿਰ ਹੋ ਗਿਆ ਫਾਈਲ ਲੱਗੀ ਨੂੰ ਇੰਨਾ ਚਿਰ ਹੋ ਗਿਆ ਫਾਈਲ ਲੱਗੀ ਨੂੰ ਜੇਕਰ ਬਹੁਤ ਸਾਰੇ ਲੋਕਾਂ ਦੇ ਸਵਾਲ ਆਉਂਦੇ ਆ ਕਿ ਯਾਰ ਸਾਡੀ ਫਾਈਲ ਲੱਗੀ ਨੂੰ ਇੰਨਾ ਟਾਈਮ ਹੋ ਗਿਆ ਇੰਨਾ ਟਾਈਮ ਹੋ ਗਿਆ ਪਰ ਸਾਡਾ ਵੀਜ਼ਾ ਨਹੀਂ ਆਇਆ ਵੀਰੇ ਗੱਲ ਉਹੀ ਹੋ ਜਾਂਦੀ ਆ ਏਜੰਟ ਦੇ ਬਹੁਤ ਸਾਰਾ ਮੈਟਰ ਕਰਦਾ ਬਾਈ ਏਜੰਟ ਸਹੀ ਹੋਵੇ ਤਾਂ ਤੁਹਾਨੂੰ ਵੀਰੇ ਜਲਦੀ ਪਹੁੰਚਾ ਦੂਗਾ ਸਸਤਾ ਬਚਾ ਦੂਗਾ ਏਜੰਟ ਲਾਲਚੀ ਹੋਵੇ ਬਾਈ ਤੁਹਾਨੂੰ ਬਹੁਤ ਹੋਣੇ ਮਹਿੰਗਾ ਪਹੁੰ ਉਹ ਮੈਂ ਤੁਹਾਨੂੰ ਤਾਂ ਦੱਸੂਗਾ ਜੇ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰੋਗੇ ਜੇ ਚੈਨਲ ਸਬਸਕ੍ਰਾਈਬ ਕਰ ਲਿਆ ਮੇਰਾ ਪਰ ਘੰਟੀ ਵਾਲਾ ਬਟਨ ਦਬਾ ਲਿਓ ਕਿਉਂਕਿ ਆਨਲਾਈਨ ਟਾਈਮ ਦੇ ਵਿੱਚ ਤੁਹਾਨੂੰ ਬਹੁਤ ਘਣੇ ਕਨੇ ਵੀਡੀਓ ਆਪਣੇ ਇਸੇ ਚੈਨਲ ਤੇ ਮਿਲਦੇ ਰਹਿਣਗੇ ਕੱਲੀਆਂ ਸਟੱਡੀ ਰਿਲੇਟਡ ਵਰਕ ਵੀਜ਼ਾ ਰਿਲੇਟਡਲੀ ਹੋਰ ਵੀ ਇਨਫੋਰਮੇਟਿਵ ਵੀਡੀਓ ਪਾਵਾਂਗੇ ਆਪਾਂ ਜਿਹੜੀਆਂ ਕਿ ਆਨਲਾਈਨ ਟਾਈਮ ਦੇ ਵਿੱਚ ਤੁਹਾਨੂੰ ਵਧੀਆ ਲੱਗਣਗੀਆਂ ਆਪਣਾ ਕਿਸੇ ਵੀ ਜਾਤ ਧਰਮ ਜਾਂ ਗੋਤ ਦੇ ਨਾਲ ਇਹੋ ਜਿਹਾ ਹੈਗਾ ਨਹੀਂ ਕਿ ਅਸੀਂ ਮਤਲਬ ਆ ਚੀਜ਼ ਨੂੰ ਜ਼ਿਆਦਾ ਰਿਪਰੈਜ਼ੈਂਟ ਕਰਦੇ ਆ ਆਪਾਂ ਇਨਸਾਨ ਆਪਾਂ ਇਨਸਾਨਾਂ ਵਾਂਗ ਹੀ ਟਰੀਟ ਕਰਾਂ ਅਸੀਂ ਉਹਨਾਂ ਦੇ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆ। ਸੋ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਮੇਰਾ ਭਰਾ ਚੈਨਲ ਸਬਸਕ੍ਰਾਈਬ ਕਰ ਲੋ ਤੇ ਹੁਣ ਜੇ ਮੈਂ ਗੱਲ ਕਰਾਂ ਸਕਸੈਸ ਰੇਟ ਦੀ ਬਈ ਸਕਸੈਸ ਰੇਟ ਹਜੇ ਵੀ 98 99% ਕਰੋਸ਼ੀਆ ਦਾ ਹੈਗਾ ਵਾ। ਕਰੋਸ਼ੀਆ ਦੇ ਵਿੱਚ ਜਿਹੜੀ ਵੀਜ਼ਾ ਰਿਜੈਕਸ਼ਨ ਹੁੰਦੀ ਆ ਉਹ ਹਮੇਸ਼ਾ ਹੀ ਕੰਪਨੀਆਂ ਜਿਹੜੀਆਂ ਵਾ ਬੰਦੇ ਉਹੀ ਸਿਲੈਕਟ ਕਰਦੀਆਂ ਜਿਹੜੇ ਉਹਨਾਂ ਨੂੰ ਲੱਗਦਾ ਵਾ ਕਿ ਹਾਂ ਇਹ ਬੰਦੇ ਸਾਡੀ ਕੰਪਨੀ ਦੇ ਵਿੱਚ ਆਣ ਕੇ ਕੰਮ ਕਰ ਸਕਦੇ ਆ ਇਹਨਾਂ ਨੂੰ ਲੈਂਗੁਏਜ ਦੀ ਕੋਈ ਪ੍ਰੋਬਲਮ ਨਹੀਂ ਆਊਗੀ। ਉਹੀ ਬੰਦੇ ਸਿਲੈਕਟਡ ਹੁੰਦੇ ਆ ਇਸ ਤਰ੍ਹਾਂ ਉਹ ਪਹਿਲਾਂ ਹੀ ਜਵਾਬ ਦੇ ਦਿੰਦੇ ਤੇ ਜਿਹੜਾ ਸਕਸੈਸ ਰੇਟ ਤੁਸੀਂ 100% ਵੀ ਗਾ ਲਓਗੇ 100% ਜਿਹੜਾ ਸਕਸੈਸ ਰੇਟ ਜਿਹੜਾ ਵਾ ਕਰੋਸ਼ੀਆ ਦਾ ਚੱਲਦਾ ਵਾ ਤੇ ਉਮੀਦ ਕਰਦਾ ਮੈਂ ਕਾਫੀ ਸਾਰੇ ਜਿਹੜੇ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਮੈਂ ਦੇ ਦਿੱਤੇ ਹੁਣ ਇਸ ਵੀਡੀਓ ਦੇ ਵਿੱਚ ਜੇ ਤੁਹਾਡਾ ਕੋਈ ਹੋਰ ਸਵਾਲ ਹੈਗਾ ਤੁਹਾਨੂੰ ਲੱਗਦਾ ਕਿ ਤੁਸੀਂ ਕੋਈ ਸਵਾਲ ਪੁੱਛਣਾ ਚਾਹਣਾ ਤਾਂ ਤੁਸੀਂ ਇੰਸਟਾਗ੍ਰam ਤੇ ਮੈਨੂੰ ਮੈਸੇਜ ਕਰ ਦਿਓ ਜਦੋਂ ਮੇਰੇ ਕੋਲ ਟਾਈਮ ਹੋਇਆ ਮੈਂ ਤੁਹਾਨੂੰ ਜਰੂਰ ਜਵਾਬ ਦੇਵਾਂਗਾ ਸਭ ਤੋਂ ਮੇਨ ਚੀਜ਼ ਹੈਗੇ ਤੁਸੀਂ YouTube ਤੇ ਥੱਲੇ ਵੀ ਕਮੈਂਟ ਮਾਰੋ ਬਈ ਤੁਹਾਡਾ ਕਮੈਂਟ ਦਾ ਮੈਂ ਹਰ ਇੱਕ ਕਮੈਂਟ ਇੱਕ ਇੱਕ ਪੜਦਾ ਵਾਂ ਉਹਦੇ ਥੱਲੇ ਵੀ ਮੈਂ ਤੁ ਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਹੋਰ ਵਧੀਆ-ਵਧੀਆ ਵੀਡੀਓ ਵੇਖਣ ਵਾਸਤੇ ਆਪਣਾ ਚੈਨਲ ਫੋਲੋ ਕਰ ਲਓ ਜੀ ਉਮੀਦ ਕਰਦਾ ਤੁਸੀਂ ਸਾਰੇ ਜਾਰੇ ਤੰਦਰੁਸਤ ਹੋਵਾਂਗੇ ਤੇ ਇਦਾਂ ਹੀ ਆਪਣੇ ਜਿਹੜੇ ਸੁਪਰੇ ਪੂਰੇ ਕਰ ਸਕੋਗੇ ਆਪਣਾ ਖਿਆਲ ਰੱਖੋ ਆਪਣੇ ਮਾਪੇ-ਬਾਪ ਦਾ ਖਿਆਲ ਰੱਖੋ ਜੀ ਮਿਲਦੇ ਆਂ ਆਪਣੀ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਰਾਮ ਰਾਮ ਜੀ ਤੇ ਅੱਲਾਹ ਹਾਫਿਜ਼